ਪੰਜਾਬ ਸਰਕਾਰ ਨੂੰ ਇਹ ਕਰਨਾ ਪਏਗਾ ਕਿ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਦੀਆਂ ਜਿਹੜੀਆਂ ਨਿਯਮ ਨੇ ਉਹਨੂੰ ਅਡੋਪਟ ਕਰਨਾ ਪਏਗਾ। ਕਿ ਮੁਹੱਲਾ ਕਲੀਨਿਕ ਲਿਖਿਆ ਗਿਆ, ਆਮ ਆਦਮੀ ਮੁਹੱਲਾ ਕਲੀਨਿਕ, ਇੱਕ ਸਾਈਡ ਦੇ ਉੱਪਰ CM ਪੰਜਾਬ ਭਗਵੰਤ ਮਾਨ ਦੀ ਫੋਟੋ ਹੈ ਅਤੇ ਉਹ ਯੈਲੋ ਕਲਰ ਜਿਹੜਾ ਉਹਨੂੰ ਦੇ ਕੇ ਜੋ ਪੰਜਾਬ ਸਰਕਾਰ ਨੇ ਆਪਣਾ ਇੱਕ ਉਹਦਾ ਲੋਗੋ ਬਣਾਇਆ ਉਹ ਲਗਾਇਆ ਹੋਇਆ, ਤਾਂ ਉਹਨਾਂ ਦੀਆਂ ਜੇਕਰ ਤੁਸੀਂ ਸੈਂਟਰ ਦੇ ਨਿਯਮਾਂ ਨੂੰ ਮੰਨੋਗੇ ਜਾਂ ਜਿਹੜੀਆਂ ਵੀ ਸਕੀਮਾਂ ਹੈਗੀਆਂ ਸਕੀਮਾਂ ਤੋਂ ਨਿਯਮਾਂ ਮੁਤਾਬਕ ਚੱਲੋਗੇ ਤਾਂ ਤੁਹਾਡੇ ਫੰਡ ਸਾਰੇ ਮਿਲਣਗੇ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮੁਹੱਲਾ ਕਲੀਨਿਕ ਨੇ ਉਹਨਾਂ ਦਾ ਜਿਹੜਾ ਨਾਮ ਹੈ ਉਹ ਚੇਂਜ ਕੀਤਾ ਜਾ ਰਿਹਾ ਹੈ। ਕੀ ਨਾਮ ਰੱਖਿਆ ਜਾ ਰਿਹਾ, ਕੀ ਪੰਜਾਬ ਸਰਕਾਰ ਇਸ ਨਾਮ ਨੂੰ ਚੇਂਜ ਕਰਨ ਦੇ ਲਈ ਰਾਜ਼ੀ ਹੋ ਗਈ ਹੈ, ਕਿ ਨਵਾਂ ਨਾਮ ਕੀ ਹੋਵੇਗਾ, ਇਸ 'ਤੇ ਜਿਹੜੀ ਪੂਰੀ ਗੱਲਬਾਤ ਹੈ ਅਸੀਂ ਕਰਦੇ ਹਾਂ। ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਰਹਿਣਗੇ। ਰਪਾਣੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਪਾਣਾ ਜੀ, ਕੀ ਕਾਰਨ ਹੋ ਗਿਆ ਜਿਹੜੇ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਹੈ ਕਿ ਉਹਨਾਂ ਦਾ ਨਾਮ ਚੇਂਜ ਕੀਤਾ ਜਾ ਰਿਹਾ, ਕੀ ਕਾਰਨ, ਕਿਸ ਤਰ੍ਹਾਂ ਜਿਹੜਾ ਨਵਾਂ ਨਾਮ ਹੋਊਗਾ ਕੀ ਹੋਊਗਾ? ਅਮਰਜੀਤ, ਇੱਕ ਪੰਜਾਬੀ 'ਚ ਕਹਿੰਦੇ ਨੇ ਵੀ ਡੁੱਬੀ ਤਾਂ ਜੇ ਸਾਹ ਨਾ ਆਇਆ। ਬਿਲਕੁਲ ਠੀਕ ਹੈ। ਹੁਣ ਹੱਲ ਕੋਈ ਨਹੀਂ ਸਾਡੇ ਕੋਲ। ਜੇਕਰ ਅਸੀਂ ਸੈਂਟਰ ਸਰਕਾਰ ਤੋਂ ਉਹਦਾ ਬਣਦਾ ਫੰਡ ਜਿਹੜਾ ਲੈਣਾ, ਜਿਹੜਾ ਪਿਛਲੇ 1-2 ਸਾਲ ਦਾ ਫਸਿਆ ਹੋਇਆ ਅਤੇ ਅੱਗੇ ਤੋਂ ਵੀ, ਤਾਂ ਪੰਜਾਬ ਸਰਕਾਰ ਨੂੰ ਇਹ ਕਰਨਾ ਪਏਗਾ ਕਿ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਦੀਆਂ ਜਿਹੜੀਆਂ ਨਿਯਮ ਨੇ ਉਹਨੂੰ ਅਡੋਪਟ ਕਰਨਾ ਪਏਗਾ। ਠੀਕ ਹੈ। ਇੱਕ ਜਿਹੜੀ ਹੁਣ ਗੱਲ ਮੁਹੱਲਾ ਕਲੀਨਿਕ ਦੀ ਹੈ ਕਿ ਪੰਜਾਬ ਦੇ ਵਿੱਚ ਜਿੰਨੀਆਂ ਡਿਸਪੈਂਸਰੀਆਂ ਸੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਉਹਨਾਂ ਸਾਰਿਆਂ ਦਾ ਨਾਮ ਮੁਹੱਲਾ ਕਲੀਨਿਕ ਰੱਖਤਾ ਸੀ। ਬਿਲਕੁਲ। ਉੱਤੇ ਲਿਖਿਆ ਸੀ ਆਮ ਆਦਮੀ ਮੁਹੱਲਾ ਕਲੀਨਿਕ। ਬਿਲਕੁਲ। ਚਾਹੇ ਸ਼ਹਿਰ 'ਚ ਜਿਹੜੇ ਨਵੇਂ ਬਣਾਏ ਸੀ ਸਰਕਾਰ, ਚਾਹੇ ਸ਼ਹਿਰ 'ਚ ਚਾਹੇ ਪਿੰਡ 'ਚ, ਕਈ ਜਗ੍ਹਾ ਡਿਸਪੈਂਸਰੀਆਂ, ਕਈ ਜਗ੍ਹਾ ਬਿਲਡਿੰਗਾਂ ਬਣਾਈਆਂ ਅਤੇ ਕਈ ਜਗ੍ਹਾ ਪੁਰਾਣੀਆਂ ਬਿਲਡਿੰਗਾਂ ਵੀ ਰੈਨੋਵੇਟ ਕੀਤੀਆਂ ਅਤੇ ਕਈ ਜਗ੍ਹਾ ਜਿਹੜੇ ਪੋਰਟੇਬਲ ਜਿਹੜੇ ਕੈਬਨ ਟਾਈਪ ਜਿਹੜੇ ਹੈਗੇ ਨੇ ਮੁਹੱਲਾ ਕਲੀਨਿਕ ਉਹ ਵੀ ਬਣਾਏ ਗਏ। ਬਿਲਕੁਲ। ਠੀਕ ਹੈ। ਹੁਣ ਉਹਦੇ 'ਚ ਕੀ ਸੀਗਾ ਕਿ ਮੁਹੱਲਾ ਕਲੀਨਿਕ ਲਿਖਿਆ ਗਿਆ, ਆਮ ਆਦਮੀ ਮੁਹੱਲਾ ਕਲੀਨਿਕ। ਹਾਂ ਬਿਲਕੁਲ। ਇੱਕ ਸਾਈਡ ਦੇ ਉੱਪਰ CM ਪੰਜਾਬ ਭਗਵੰਤ ਮਾਨ ਦੀ ਫੋਟੋ ਹੈ ਅਤੇ ਉਹ ਯੈਲੋ ਕਲਰ ਜਿਹੜਾ ਉਹਨੂੰ ਦੇ ਕੇ ਜੋ ਪੰਜਾਬ ਸਰਕਾਰ ਨੇ ਆਪਣਾ ਇੱਕ ਉਹਦਾ ਲੋਗੋ ਬਣਾਇਆ ਉਹ ਲਗਾਇਆ ਹੋਇਆ। ਪਰ ਹੁਣ ਅਸਲ ਗੱਲ ਇਹ ਹੈ ਕਿ ਜਿਹੜਾ ਇਹ ਪੈਸਾ ਆ ਰਿਹਾ, ਇਹ ਪੈਸਾ ਸੈਂਟਰ ਵੱਲੋਂ ਜਿਹੜੀ ਉਹਦੀਆਂ ਸਕੀਮਾਂ ਨੇ, ਇੱਕ ਸੈਂਟਰ ਦੀ ਵੈਲਨੈਸ ਸਕੀਮ ਹੈ ਅਤੇ ਇੱਕ NHM ਹੈ, ਨੈਸ਼ਨਲ ਹੈਲਥ ਮਿਸ਼ਨ, ਉਸ ਸਕੀਮ ਦੇ ਅੰਡਰ ਪੈਸਾ ਆ ਰਿਹਾ। ਉਹ ਪੈਸਾ ਵੀ ਅਨੁਪਾਤ ਮੁਤਾਬਕ ਹੈ, ਜਿਵੇਂ ਹੁਣ ਕਈ ਚੀਜ਼ਾਂ ਦੇ ਉੱਤੋਂ 60-40 ਦੀ ਰੇਸ਼ੋ ਆ, ਮੰਨ ਲਵੋ ਕਿ 60-40 ਦੀ ਰੇਸ਼ੋ ਨਾਲ ਪੈਸਾ ਆ ਰਿਹਾ, 60% ਸੈਂਟਰ ਦਾ ਅਤੇ 40% ਪੰਜਾਬ ਸਰਕਾਰ ਦਾ। ਮੰਨ ਜਾਓ ਮੰਨ ਲਓ ਕਿ ਕਿਸੇ ਜਗ੍ਹਾ ਦੇ ਉੱਪਰ 1 ਕਰੋੜ ਰੁਪਇਆ ਖਰਚ ਆਉਣਾ ਹੈ, ਤਾਂ ਉਹਦੇ ਦੇ ਵਿੱਚ 60,000 ਜਿਹੜਾ 60 ਲੱਖ ਰੁਪਇਆ ਸੈਂਟਰ ਦੇਊਗੀ ਅਤੇ 40 ਲੱਖ ਰੁਪਇਆ ਪੰਜਾਬ ਸਰਕਾਰ ਦੇਊਗੀ। ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਮੁਹੱਲਾ ਕਲੀਨਿਕ ਨਾਮ ਰੱਖ ਲਿਆ ਅਤੇ ਫਿਰ ਸੈਂਟਰ ਸਰਕਾਰ ਕਹਿੰਦੀ ਹੈ ਵੀ ਉਹ ਪੈਸਾ ਨਹੀਂ ਮਿਲਣਾ, ਯਾਨੀ ਕਿ ਉਹ ਰਿਫਿਊਜ਼ ਹੋ ਜਾਵੇਗਾ ਪੈਸਾ ਜੇਕਰ ਤੁਸੀਂ ਨਾ ਪੈਸਾ। ਉਹ ਨਹੀਂ, ਉਹ ਫੰਡ ਹੈ, ਉਹ ਇੱਕ ਫੰਡ ਹੈ NHM ਦਾ, ਵੈਲਨੈਸ ਸਕੀਮ ਦਾ, ਜਾਂ ਜਿਹੜੇ ਵੀ ਫੰਡ ਹੈ, ਜਿਵੇਂ ਹੁਣ ਇੱਕ RDF ਫੰਡ ਜਿਹੜੇ ਰੋਕੇ ਹੋਏ ਨੇ ਪੰਜਾਬ ਸਰਕਾਰ 1800 ਕਰੋੜ, ਉਹ ਵੀ ਮਤਲਬ ਇਹ ਸਾਰੇ ਇੱਕ ਫੰਡ ਹੈ ਸੈਂਟਰ ਬੇਸ਼ੱਕ ਉਹ ਤੁਹਾਡਾ ਪੰਜਾਬ ਦਾ,
ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਕਿ ਸੈਂਟਰ ਸਰਕਾਰ ਨੇ ਆਪਣੇ ਕੋਲੋਂ ਪੈਦਾ ਕਰਕੇ ਦੇਣਾ, ਉਹ ਤੁਹਾਡਾ ਜਿਹੜਾ ਇੱਥੋਂ GST ਜਾ ਰਹੀ ਹੈ ਜਾਂ ਜਿਹੜੀਆਂ ਹੋਰ ਵੱਖ ਵੱਖ ਜਿਹੜੇ ਟੈਕਸ ਜਾ ਰਹੇ ਨੇ ਉਹ ਸਾਰੇ ਟੈਕਸਾਂ ਦਾ ਪੈਸਾ ਸੈਂਟਰ ਕੋਲ ਜਾਂਦਾ, ਉੱਥੋਂ ਫਿਰ ਡਿਵਾਈਡ ਹੋ ਕੇ ਆਉਂਦਾ। ਜਾਣ ਕਿ ਆਪਾਂ ਸਿੱਧੇ ਤੌਰ 'ਤੇ ਕਹੀ ਆ ਵੀ ਜਿਹੜਾ ਇੱਕ ਮਜਬੂਰੀ ਬਣ ਗਈ ਸਰਕਾਰ ਦੀ ਵੀ ਸੈਂਟਰ ਦੇ ਨਾਲ ਪ੍ਰੋਜੈਕਟ ਨੂੰ ਜਿਹੜਾ ਇਨਵੋਲਵ ਕਰਨ ਦੇ ਲਈ ਜਿਹੜਾ ਫੰਡ ਹੈ ਉਹ ਲੈਣ ਦੇ ਲਈ ਤਾਂ ਜਿਹੜਾ ਨਾਮਾ ਚੇਂਜ ਕੀਤਾ ਜਾ ਰਿਹਾ। ਦੇਖੋ ਉਹ ਤਾਂ ਮਜਬੂਰੀ ਹੈ, ਆਪਾਂ 2 ਮਹੀਨੇ ਪਹਿਲਾਂ ਵੀ ਇੱਕ ਇਸ 'ਤੇ ਜਿਹੜੀ ਹੈਗੀ ਗੱਲਬਾਤ ਕੀਤੀ ਸੀ ਕਿ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਵਾਰ ਵਾਰ ਇਹ ਗੱਲ ਕਹਿ ਰਹੀ ਹੈ, ਵਾਰ ਵਾਰ ਇਹ ਗੱਲ ਕਹਿ ਰਹੀ ਹੈ ਕਿ ਤੁਸੀਂ ਸੈਂਟਰ ਦੇ ਨਿਯਮਾਂ ਨੂੰ, ਸੈਂਟਰ ਦੇ ਜਿਹੜੇ ਕਾਨੂੰਨ ਹੈ, ਜਿਹੜੇ ਵੀ ਸੈਂਟਰ ਦੇ ਉਹਨਾਂ ਨੂੰ ਹੈਗਾ, ਉਹਨਾਂ ਨੂੰ ਸਿੱਕੇ ਨਾ ਟੰਗੋ। ਤਾਂ ਉਹਨਾਂ ਦੀਆਂ ਜੇਕਰ ਤੁਸੀਂ ਸੈਂਟਰ ਦੇ ਨਿਯਮਾਂ ਨੂੰ ਮੰਨੋਗੇ ਜਾਂ ਜਿਹੜੀਆਂ ਵੀ ਸਕੀਮਾਂ ਹੈਗੀਆਂ ਸਕੀਮਾਂ ਤੋਂ ਨਿਯਮਾਂ ਮੁਤਾਬਕ ਚੱਲੋਗੇ ਤਾਂ ਤੁਹਾਡੇ ਫੰਡ ਸਾਰੇ ਮਿਲਣਗੇ। ਤਾਂ ਪੰਜਾਬ ਸਰਕਾਰ ਨੇ ਨਾਮ ਆਪਣਾ ਰੱਖ ਲਿਆ, ਸੈਂਟਰ ਕਹਿੰਦਾ ਵੀ ਉਹ ਨਾਮ ਨਹੀਂ ਰੱਖਣਾ। ਹੁਣ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ, ਹੈਲਥ ਮਿਸ਼ਨ NHM ਉਹਦੇ 'ਚ ਕਈ ਸਟੇਟਾਂ ਨੇ ਇਹਦਾ ਨਾਮ ਰੱਖਿਆ ਹੋਇਆ ਜਿਹੜਾ ਆਯੁਸ਼ਮਾਨ ਆਰੋਗਿਆ ਮੰਦਰ, ਜਿਹੜਾ ਸੈਂਟਰ ਵੱਲੋਂ ਆਯੁਸ਼ਮਾਨ ਆਰੋਗਿਆ ਮੰਦਰ ਜਿਹੜੀ ਵੈਲਨੈਸ ਸਕੀਮ ਆ ਉਹਦੇ ਅੰਦਰ ਜਿਹੜੇ ਹੈਗੇ ਨੇ ਨਾਮ ਰੱਖਿਆ ਹੋਇਆ ਕਿ ਆਯੁਸ਼ਮਾਨ ਆਰੋਗਿਆ ਮੰਦਰ। ਪਰ ਜਦੋਂ ਸੈਂਟਰ ਨੇ ਪੰਜਾਬ ਨੂੰ ਕਿਹਾ ਵੀ ਤੁਸੀਂ ਆਹ ਨਾਮ ਰੱਖੋ ਤਾਂ ਪੰਜਾਬ ਸਰਕਾਰ ਕਹਿੰਦੇ ਵੀ ਅਸੀਂ ਮੰਦਰ ਸ਼ਬਦ ਨਹੀਂ ਰੱਖ ਸਕਦੇ। ਕਿਉਂ? ਕਿਉਂਕਿ ਮੰਦਰ ਇੱਕ ਧਾਰਮਿਕ ਜਗ੍ਹਾ ਦਾ ਨਾਮ ਹੈ ਤੇ ਪੰਜਾਬ ਦੇ ਵਿੱਚ ਕੀ, ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਹੀ, ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਇੱਕ ਧਾਰਮਿਕ ਆਸਥਾ ਦੇ ਨਾਲ ਪੂਜਿਆ ਜਾਂਦਾ। ਠੀਕ ਹੈ, ਇਸ ਕਰਕੇ ਕਈ ਮਤਲਬ ਕੋਈ ਕਮਿਊਨਿਟੀ ਹੈ ਜਾਂ ਕੋਈ ਵੀ ਹੋ ਸਕਦਾ ਉਹਦੇ ਉੱਪਰ ਇਤਰਾਜ਼ ਉਠਾ ਸਕਦੀ ਹੈ। ਤਾਂ ਇਸ ਕਰਕੇ ਕਿਉਂ ਨਾ ਮੰਦਰ ਦੀ ਜਗ੍ਹਾ ਕੋਈ ਹੋਰ ਨਾਮ ਰੱਖਿਆ ਜਾਵੇ ਤੇ ਫਿਰ ਹੋਰ ਕਿਹੜਾ ਨਾਮ ਹੋਣਾ। ਠੀਕ ਹੈ, ਹੁਣ ਪਤਾ ਇਹ ਲੱਗਿਆ, ਦੇਖੋ ਅੱਜ ਪਤਾ ਵੈਸੇ ਤਾਂ ਜਦੋਂ ਸਾਰੀ ਗੱਲ ਸਾਹਮਣੇ ਆਊਗੀ ਉਦੋਂ ਹੀ ਸਾਰਾ ਕੁਝ ਸਾਹਮਣੇ ਆ ਸਕੇਗਾ ਵੀ ਕੀ ਹੈ। ਪਰ ਜੋ ਸੂਤਰਾਂ ਦੇ ਹਵਾਲੇ ਨਾਲ ਇਹ ਪਤਾ ਲੱਗ ਰਿਹਾ ਕਿ ਪੰਜਾਬ ਸਰਕਾਰ ਨੇ ਇੱਕ ਪ੍ਰਪੋਜ਼ਲ ਬਣਾ ਲਈ ਹੈ ਤੇ ਸੈਂਟਰ ਸਰਕਾਰ ਨੂੰ ਜਲਦੀ ਭੇਜੀ ਜਾ ਰਹੀ ਹੈ ਕਿ ਅਸੀਂ ਮੁਹੱਲਾ ਕਲੀਨਿਕਾਂ ਦਾ ਨਾਮ ਬਦਲ ਕੇ ਆਯੁਸ਼ਮਾਨ ਆਰੋਗਿਆ ਸੈਂਟਰ ਰੱਖ ਰਹੇ ਹਾਂ, ਬਦਲ ਕੇ ਆਯੁਸ਼ਮਾਨ ਆਰੋਗਿਆ ਮੰਦਰ ਨਹੀਂ। ਠੀਕ ਹੈ ਕਿ ਸੈਂਟਰ ਸਰਕਾਰ ਕਹਿ ਰਹੀ ਹੈ ਕਿ ਆਯੁਸ਼ਮਾਨ ਆਰੋਗਿਆ ਮੰਦਰ, ਕਈ ਕਈ ਸਟੇਟਾਂ 'ਚ ਹੈ ਆਯੁਸ਼ਮਾਨ ਆਰੋਗਿਆ, ਕਈ ਮੰਦਰ ਕਈ ਸਟੇਟਾਂ ਦੇ ਵਿੱਚ ਰੱਖਿਆ ਹੋਇਆ, ਪਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਆਯੁਸ਼ਮਾਨ ਆਰੋਗਿਆ ਮੰਦਰ ਨਹੀਂ ਰੱਖ ਸਕਦੇ, ਅਸੀਂ ਆਯੁਸ਼ਮਾਨ ਆਰੋਗਿਆ ਸੈਂਟਰ ਨਾਮ ਜਿਹੜਾ ਹੈਗਾ ਮੁਹੱਲਾ ਕਲੀਨਿਕਾਂ ਦਾ ਉਹ ਰੱਖ ਸਕਦੇ ਹਾਂ। ਯਾਨੀ ਕਿ ਹੁਣ ਜੇ ਆਪਾਂ ਕਹੀਏ ਜੇ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਪਏ ਨੇ ਜਿਹਦਾ ਉਹਦੇ ਉੱਪਰ ਵਧੀਆ ਪੇਂਟ ਕੀਤਾ ਹੈ, ਭਗਵੰਤ ਮਾਨ ਦੀ ਫੋਟੋ ਲਗਾਈ, ਬਿਲਕੁਲ 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 ਉਹੀ, ਕੀ ਹੁਣ ਉਹ ਮਿਟੇ ਦਿੱਤੀ ਜਾਵੇਗੀ? ਜਿਹੜਾ ਤੁਸੀਂ ਨਾਮ ਦਾ ਜ਼ਿਕਰ ਕਰ ਰਹੇ ਹੋ ਉਹ ਨਾਮ ਲਿਖਿਆ ਜਾਵੇਗਾ? ਫੋਟੋ ਦਾ ਵੀ ਕੋਈ ਇਤਰਾਜ਼ ਹੈਗਾ ਵੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾਣੀ ਹੈ? ਦੇਖੋ ਗੱਲ ਇਹ ਹੈ ਵੀ ਜੇਕਰ ਤੁਸੀਂ ਫੰਡ ਲੈਣਾ ਹੈ, ਠੀਕ ਹੈ, ਤਾਂ ਤੁਹਾਨੂੰ ਚਿਹਰਾ ਮੋਹਰਾ ਸਾਰਾ ਉਸ ਨਿਯਮਾਂ ਮੁਤਾਬਕ ਰੱਖਣਾ ਪਏਗਾ, ਉਹ ਹਦਾਇਤਾਂ ਮੁਤਾਬਕ ਰੱਖਣਾ ਪਏਗਾ। ਜਿਹੜੀਆਂ NHM ਹੈ ਜਾਂ ਵੈਲਨੈਸ ਸਕੀਮ ਹੈਗੀ ਹੈ ਸੈਂਟਰ ਸਰਕਾਰ ਦੀਆਂ, ਇਹ ਤੁਹਾਨੂੰ ਪੈਸਾ ਉਹਨਾਂ ਸਕੀਮਾਂ ਦੇ ਅਧੀਨ ਮਿਲ ਰਿਹਾ, ਠੀਕ ਹੈ, NHM ਦੇ, ਨੈਸ਼ਨਲ ਹੈਲਥ ਮਿਸ਼ਨ ਦੇ। ਅਗਰ ਜੇ ਤੁਸੀਂ ਨਹੀਂ ਉਹਨਾਂ ਦੀ ਹਦਾਇਤਾਂ ਦੀ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ ਤੁਹਾਡਾ ਪੈਸਾ ਰੁਕ ਜਾਏਗਾ, ਤੁਸੀਂ ਤਨਖਾਹ ਨਹੀਂ ਦੇ ਸਕੋਗੇ। ਬਿਲਕੁਲ, ਜਿਹੜੇ ਡਾਕਟਰ ਰੱਖੇ ਨੇ, ਹੋਰ ਜਿਹੜੇ ਸਟਾਫ ਰੱਖਿਆ ਉਹਨਾਂ ਦੀ ਤਨਖਾਹ ਜਿਹੜੀ ਹੈਗੇ ਲਾਲੇ ਪਏ ਹੋਏ ਨੇ ਹੁਣ ਤੱਕ ਵੀ। ਅਗਰ ਜੇ 7-5 ਮਹੀਨੇ ਹੋਰ ਨਿਕਲ ਗਏ ਤਾਂ ਉਹਨੇ ਤਨਖਾਹ ਹੀ ਨਹੀਂ ਮਿਲਣੀ ਆ। ਕਿਉਂ? ਕਿਉਂਕਿ ਪੈਸਾ ਹੀ ਇੰਨਾ ਲੱਗ ਰਿਹਾ ਕਿ ਇਕੱਲੀ ਪੰਜਾਬ ਸਰਕਾਰ ਉਹਦਾ ਪੈਸਾ ਪੂਰਾ ਨਹੀਂ ਕਰ ਸਕਦੀ। ਤੁਸੀਂ 60% ਤੁਸੀਂ ਸੈਂਟਰ ਤੋਂ ਹਿੱਸਾ ਲੈਣਾ ਤਾਂ ਫਿਰ ਤੁਹਾਨੂੰ ਸੈਂਟਰ ਮੁਤਾਬਕ ਉਹਦਾ ਚਿਹਰਾ ਮੂਹਰਾ ਬਣਾਉਣਾ ਪਊਗਾ। ਜਿਵੇਂ ਤੁਹਾਨੂੰ ਸੈਂਟਰ ਕਹੇਗੀ, ਇਹ ਨਹੀਂ ਹੈਗਾ ਕਿ ਨਾਮ ਤੁਸੀਂ ਚੇਂਜ ਕਰਤਾ ਇਕੱਲਾ ਅਤੇ ਬਾਕੀ ਚਿਹਰਾ ਮੂਹਰਾ ਉਹੀ ਰਹੇਗਾ। ਨਹੀਂ, ਉਹ ਤਾਂ ਤੁਹਾਨੂੰ ਜੋ ਉਹਨਾਂ ਨੇ ਲੋਗੋ ਦਾ ਬਣਾ ਕੇ ਦੇਣਾ, ਤੁਹਾਨੂੰ ਜੋ ਉਹਦਾ ਸਟਰਕਚਰ ਬਣਾ ਕੇ ਦੇਣਾ, ਤੁਹਾਨੂੰ ਸਾਰੇ ਕਲੀਨਿਕ ਦਾ ਸਟਰਕਚਰ ਉਹੀ ਬਣਾਉਣਾ ਪਏਗਾ ਫਰੰਟ। ਰਪਾਲ ਜੀ, ਇੱਕ ਹੋਰ ਆ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ, ਜਦੋਂ ਇਹ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਉਹਨਾਂ ਨੇ ਖਾਸ ਤੌਰ 'ਤੇ ਸਿਹਤ ਪ੍ਰਤੀ ਜਿਹੜੇ ਲੋਕਾਂ ਨੂੰ ਬੜਾ ਜਾਗਰੂਕ ਦਿੱਤਾ ਸੀ ਵੀ ਅਸੀਂ ਜਿਹੜੇ ਲੋਕਾਂ ਦੀ ਸਿਹਤ ਨੂੰ ਲੈ ਕੇ ਅਸੀਂ ਬੜੇ ਚਿੰਤਤ ਹਾਂ ਵੀ ਡਾਕਟਰਾਂ ਦੀ ਭਰਤੀ ਕਰਾਂਗੇ। ਤੁਸੀਂ ਕਿਹਾ ਵੀ ਮੁਹੱਲਾ ਕਲੀਨਿਕ ਵੀ ਖੋਲ੍ਹੇ, ਲੋਕਾਂ ਦਾ ਇਲਾਜ ਵੀ ਹੋ ਰਿਹਾ,
ਹੁਣ ਜੇਕਰ ਗੱਲ ਕੀਤੀ ਜਾਵੇ, ਜੇਕਰ ਉਹ ਨਾਮ ਚੇਂਜ ਕਰਦੇ ਨੇ, ਕਿਉਂਕਿ ਸਟੇਜਾਂ ਦੇ ਉੱਪਰ ਲਗਾਤਾਰ ਬੋਲਿਆ ਜਾਂਦਾ ਵੀ ਇੰਨੇ ਮੁਹੱਲਾ ਕਲੀਨਿਕ ਖੋਲ੍ਹਤੇ, ਇੰਨੇ ਡਾਕਟਰਾਂ ਦੀ ਭਰਤੀ ਕਰਤੀ, ਫਿਰ ਸਟੇਜ ਦੇ ਉੱਪਰ ਸੈਂਟਰ ਸਰਕਾਰ ਦਾ ਨਾਮ ਲਿਆ ਜਾਵੇਗਾ ਜੋ ਨਾਮ ਰੱਖਿਆ ਗਿਆ, ਜਾਂ ਪੰਜਾਬ ਸਰਕਾਰ ਦਾ ਜ਼ਿਕਰ ਕੀਤਾ? ਨਹੀਂ, ਦੇਖੋ ਗੱਲ ਇਹ ਹੈ ਵੀ ਨਾਮ ਤਾਂ ਪੰਜਾਬ ਸਰਕਾਰ ਦਾ ਚੱਲੇਗਾ। ਅੱਛਾ, ਤੁਸੀਂ ਨਾਮ ਨਹੀਂ, ਨਾਮ ਪੰਜਾਬ ਸਰਕਾਰ ਦਾ ਹੀ ਚੱਲੇਗਾ, ਠੀਕ ਹੈ। ਪਰ ਗੱਲ ਇਹ ਜਿਹੜਾ ਚਿਹਰਾ ਮੂਹਰਾ, ਪਰ ਲੋਕ ਤਾਂ ਸੋਚਣਗੇ ਨਾ ਵੀ ਆਮ ਆਦਮੀ ਪਾਰਟੀ ਨੇ ਮੁਹੱਲਾ ਕਲੀਨਿਕ ਦਾ ਨਾਮ ਦਿੱਤਾ ਤੇ ਇੱਕੋਦਮ ਕਿਉਂ ਦੇ ਰਿਹਾ, ਹਲੇ 2 ਸਾਲ ਦੇ ਕਰੀਬ ਜਿਹੜਾ ਸਮਾਂ ਪਿਆ, ਵੀ ਦੁਬਾਰਾ ਚੇਂਜ ਕਿਉਂ ਕਰਨ ਦਾ ਕਾਰਨ ਹੈ? ਕਿਤੇ ਨਾ ਕਿਤੇ ਮੈਸੇਜ ਵੀ ਤਾਂ ਇੱਕ ਗਲਤ ਜਾਊਗਾ। ਦੇਖੋ ਅਮਰਜੀਤ, ਗੱਲ ਇਹ ਹੈ ਜੇ ਪੰਜਾਬ ਸਰਕਾਰ ਦੀ ਆਪਾਂ ਗੱਲ ਕਰੀਏ ਤਾਂ ਪਿਛਲੇ 2 ਸਾਲ ਦੇ ਵਿੱਚ ਬਹੁਤ ਫੈਸਲੇ, ਵੱਡੇ ਵੱਡੇ ਫੈਸਲੇ ਪਲਟਣੇ ਪਏ ਸਰਕਾਰਾਂ ਨੂੰ, ਠੀਕ ਹੈ। ਉਹਦੇ 'ਚ ਕਈ ਆਰਡੀਨੈਂਸ ਵਾਪਸ ਹੋਏ ਆ, ਕਈ ਉਹਦੇ ਵਿੱਚ ਨੋਟੀਫਿਕੇਸ਼ਨ ਕਰਕੇ ਵਾਪਸ ਹੋਏ ਆ, ਕਈ ਜਿਵੇਂ ਪੰਚਾਇਤਾਂ ਵਾਲਾ ਹੋਇਆ ਪਿੱਛੇ 2-3 ਵਾਰ ਹੋਇਆ, ਮਤਲਬ ਕਿ ਬਹੁਤ ਫੈਸਲੇ ਜਿਹੜੇ ਵਾਪਸ ਲੈਣੇ ਪਏ। ਇਹੋ ਜਿਹੀ ਕੋਈ ਗੱਲ ਨਹੀਂ, ਸਰਕਾਰ ਉਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਗੱਲ ਤਾਂ ਇਹ ਹੈ ਕਿ ਤੁਹਾਡਾ 1 ਕਰੋੜ ਰੁਪਇਆ ਫਸਿਆ ਹੋਇਆ ਸੈਂਟਰ ਵੱਲ, 1800 ਕਰੋੜ ਰੁਪਇਆ RDF ਦਾ ਤੁਹਾਡਾ ਸਿਰ ਹੈ। ਉਸ ਤੋਂ ਬਾਅਦ ਜੇਕਰ ਆਪਾਂ NHM ਦੀ ਲਾਈਏ ਤਾਂ 274 ਕਰੋੜ ਰੁਪਇਆ 2022-23 ਦਾ, 192 ਕਰੋੜ ਰੁਪਇਆ 224-25 ਦਾ, 23-24 ਦਾ। ਜੇਕਰ ਹੁਣ 24-25 ਦਾ ਗੱਲ ਕਰੀਏ ਆਪਾਂ, 753 ਕਰੋੜ ਰੁਪਇਆ ਮੇ ਵੀ ਸ਼ਾਇਦ ਇਹਦਾ ਹੋਣ ਵਾਲੇ ਦਾ, ਮਤਲਬ ਟੋਟਲ ਜਿਹੜਾ ਹੈਗਾ 1100 ਕਰੋੜ ਤੋਂ ਵੱਧ ਪੈਸਾ ਬਣਦਾ NHM ਦਾ, ਜਿਹੜਾ ਸੈਂਟਰ ਸਰਕਾਰ ਵੱਲ, ਜਿਹੜੇ 60-40 ਦੀ ਰੇਸ਼ੋ ਦਾ ਬਣਦਾ ਜਿਹੜਾ, ਉਹ ਸੈਂਟਰ ਵੱਲ ਫਸਿਆ। ਸੈਂਟਰ ਸਰਕਾਰ ਨੇ, ਉਹਨੇ ਸਿਰਫ ਇੱਕੋ ਹੀ ਉਸ 'ਤੇ ਇਤਰਾਜ਼ ਲਾਇਆ ਵੀ ਤੁਸੀਂ ਆਪਣੇ ਮੁਹੱਲਾ ਕਲੀਨਿਕਾਂ ਦਾ ਨਾਮ ਬਦਲੋ, ਜੋ ਸੈਂਟਰ ਦੀਆਂ ਗਾਈਡਲਾਈਨਸ ਨੇ, ਜੋ ਨਿਯਮ ਨੇ। ਹੁਣ ਤੁਸੀਂ ਮੰਨ ਲਓ ਪੰਜਾਬ ਨੇ ਆਮ ਆਦਮੀ ਮੁਹੱਲਾ ਕਲੀਨਿਕ ਰੱਖ ਲਿਆ, 60% ਪੈਸਾ ਤਾਂ ਲੈਣਾ ਸੈਂਟਰ ਤੋਂ, ਉਹਨੇ ਨਾਮ ਆਪਣਾ ਰੱਖ ਲਿਆ। ਇਸੇ ਤਰ੍ਹਾਂ ਕੱਲ੍ਹ ਨੂੰ ਪੰਜਾਬ ਵਾਲਾ ਰੱਖ, ਹਰਿਆਣਾ ਰੱਖ ਲਿਆ, ਕੱਲ੍ਹ ਨੂੰ ਹਿਮਾਚਲ ਵਾਲਾ ਰੱਖ ਲਏਗਾ, ਫਿਰ ਸੈਂਟਰ ਪੈਸਾ ਕਿਉਂ ਦੇਗੀ? ਬਿਲਕੁਲ, ਸੈਂਟਰ ਕਹਿੰਦਾ ਅਸੀਂ ਪੈਸਾ ਕਿਉਂ ਦੇਵਾਂਗੇ? ਤੁਸੀਂ ਨਾਮ ਆਪਣਾ, ਨਾਮ ਆਪਣਾ ਰੱਖਣਾ। ਇਸ ਕਰਕੇ ਜੇ ਨਾਮ ਹੀ ਆਪਣਾ ਵਰਤਣਾ ਤਾਂ ਤੁਸੀਂ ਉਹਦਾ ਹੈਗਾ ਜਿਹੜਾ ਪੈਸਾ ਵੀ ਆਪਣੇ ਕੋਲੋਂ ਲਾਓ। ਪਰ ਕਿਸੇ ਵੀ ਸਟੇਟ ਕੋਲ ਇੰਨਾ ਪੈਸਾ ਨਹੀਂ ਹੁੰਦਾ ਅਮਰਜੀਤ ਕਿ ਉਹ ਸਾਰੇ ਚੀਜ਼ਾਂ ਨੂੰ ਜਿਹੜਾ ਆਪਣੇ ਕੋਲੋਂ ਲਾ ਸਕੇ। ਸੈਂਟਰ ਦਾ ਹਿੱਸਾ ਲਾਉਣਾ ਪੈਂਦਾ, ਸੈਂਟਰ ਤੋਂ ਫੰਡ ਜਿਹੜਾ, ਹਾਂ ਸੈਂਟਰ ਦਾ ਹੀ ਫਰਜ਼ ਬਣਦਾ, ਇਹ ਕੋਈ ਭੀਖ ਨਹੀਂ ਹੈ। ਆਪਾਂ ਜੇਕਰ ਗੱਲ ਕਰੀਏ ਕਿ ਪੰਜਾਬ ਸਰਕਾਰ ਭੀਖ ਮੰਗਦੀ ਹੈ, ਉਹ ਫਰਜ਼ ਬਣਦਾ ਸੈਂਟਰ ਸਰਕਾਰ ਦਾ, ਪਰ ਸਰਕਾਰ ਸੈਂਟਰ ਜਿਹੜੀਆਂ ਰਾਜ ਸਰਕਾਰਾਂ ਨੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਅਸੀਂ ਸੈਂਟਰ ਦੀਆਂ ਜਿਹੜੀਆਂ ਹਦਾਇਤਾਂ ਨੇ, ਨਿਯਮ ਨੇ, ਉਹਨਾਂ ਨੂੰ ਪਾਲਣਾ ਕਰੀਏ। ਹਾਂ, ਹੁਣ ਆਖਰ ਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਜਲਦੀ ਚਾਹੇ ਆਯੁਸ਼ਮਾਨ ਆਰੋਗਿਆ ਸੈਂਟਰ ਨਾਮ ਹੋਵੇ, ਚਾਹੇ ਉਹਦੇ ਵਿੱਚ ਕੋਈ ਪੰਜਾਬ ਦਾ ਵਰਡ ਨਾਲ ਪੈ ਜਾਵੇ, ਪਰ ਮੁਹੱਲਾ ਕਲੀਨਿਕਾਂ ਦਾ ਨਾਮ ਜਲਦੀ ਜਿਹੜਾ ਤੁਹਾਨੂੰ ਬਦਲਿਆ ਦਿਖੇਗਾ, ਜਲਦੀ ਤੁਹਾਨੂੰ ਜਿਹੜੀ ਤਸਵੀਰ ਇੱਕ ਨਵੀਂ ਦਿਖੇਗੀ, ਜਿਹੜੇ ਆਮ ਆਦਮੀ ਮੁਹੱਲਾ ਕਲੀਨਿਕ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਵੱਡੇ ਵੱਡੇ ਅੱਖਰਾਂ 'ਚ, ਉਹਦੀ ਤੁਹਾਨੂੰ ਤਸਵੀਰ ਜਿਹੜੀ ਉਹ ਜਲਦੀ ਬਦਲ ਜਿਹੜੀ ਬਦਲੇ ਜਾਣ ਦੀ ਸੰਭਾਵਨਾ ਲੱਗ ਰਹੀ ਹੈ। ਠੀਕ ਹੈ ਰਮਾਣੀ ਜੀ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ, ਜਦੋਂ ਹੀ ਆਮ ਆਦਮੀ ਮੁਹੱਲਾ ਕਲੀਨਿਕ ਦਾ ਜਿਹੜਾ ਨਾਮ ਹੈ ਉਹ ਚੇਂਜ ਕੀਤਾ ਜਾਵੇਗਾ, ਜਿਹੜਾ ਨਵਾਂ ਨਾਮ ਰੱਖਿਆ ਜਾਵੇਗਾ, ਉਹ ਨਾਮ ਕੀ ਹੋਵੇਗਾ ਉਹ ਵੀ ਅਸੀਂ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਜ਼ਿਕਰ ਕੀਤਾ, ਕਦੋਂ ਨਾਮ ਚੇਂਜ ਹੋਵੇਗਾ ਉਹਦੀ ਜਿਹੜੀ ਪੂਰੀ ਰਿਪੋਰਟ ਆ ਉਹ ਵੀ ਅਸੀਂ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਜਲਦ ਦਿਖਾਵਾਂਗੇ। ਮੈਨੂੰ ਅਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ, ਧੰਨਵਾਦ।